ਬਾਲੀਵੁੱਡ ਅਤੇ ਬਾਲੀਵੁੱਡ ਸਟਾਰ ਦਿਲਜੀਤ ਦੋਸਾਂਝ ਜੋ ਅੱਜ ਕੱਲ੍ਹ ਬਿਜ਼ੀ ਨੇ ਆਪਣੇ ਆਉਣ ਵਾਲਿਆਂ ਟਰੈਕਸ ਨੂੰ ਲੈ ਕੇ, ਜਿਨ੍ਹਾਂ ਦੇ ਵਿੱਚੋਂ ਇੱਕ ਹੈ ਸੈਡ ਸੌਂਗ ਔਰ ਦੂਜਾ ਪੁੱਤ ਜੱਟ ਦਾ, ਔਰ ਇਸ ਨੂੰ ਲੈ ਕੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਐਕਟਿਵ ਵੀ ਰਹਿ ਰਹੇ ਨੇ। ਔਰ ਹੁਣ ਅਸੀਂ ਤੁਹਾਨੂੰ ਦੱਸਦੇ ਦਿਲਜੀਤ ਦੋਸਾਂਝ ਨੇ ਹਾਲ ਹੀ ਦੇ ਵਿੱਚ ਆਉਣ ਵਾਲੇ ਗਾਣੇ ਨੂੰ ਲੈ ਕੇ ਇੱਕ ਵੀਡੀਓ ਔਰ ਨਾਲ ਦੇ ਨਾਲ ਕੁਝ ਫੋਟੋਜ਼ ਅਪਲੋਡ ਕੀਤੀਆਂ ਨੇ, ਜਿਸ ਦੇ ਵਿੱਚੋਂ ਇੱਕ ਫੋਟੋ ਹੈ ਸ਼ੂਜ਼ ਦੀ ਔਰ ਉਸ 'ਤੇ ਲਿਖਿਆ @ ਪਰਾਡਾ, ਅਤੇ ਨਾਲ ਹੀ ਇੱਕ ਫੋਟੋ ਹੈ ਜਿਸ ਦੇ ਵਿੱਚ ਉਹਨਾਂ ਨੇ ਗ੍ਰੀਨ ਕਲਰ ਦਾ ਸੂਟ ਪਾਇਆ, ਉਸ ਦੇ ਉੱਤੇ ਵੀ ਸੇਮ ਕੈਪਸ਼ਨ ਹੈ @ ਪਰਾਡਾ, ਅਤੇ ਇੱਕ ਵੀਡੀਓ ਵੀ ਅਪਲੋਡ ਕੀਤਾ ਜਿਸ ਦੇ ਉੱਤੇ ਪਰਾਡਾ ਲਿਖਿਆ। ਸੋ ਜਾਂ ਤਾਂ ਇਹਨਾਂ ਦੇ ਆਉਣ ਵਾਲੇ ਗਾਣੇ ਦਾ ਨਾਮ ਪਰਾਡਾ, ਜਾਂ ਫਿਰ ਇਹਨਾਂ ਨੂੰ ਪਰਾਡਾ ਬ੍ਰਾਂਡ ਬਹੁਤ ਹੀ ਜ਼ਿਆਦਾ ਪਸੰਦ ਹੈ। ਫਿਲਹਾਲ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਮੈਂਟ ਕਰਕੇ ਕਿ ਤੁਹਾਨੂੰ ਦਿਲਜੀਤ ਦੋਸਾਂਝ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਕਿੰਨੀ ਕੁ ਉਡੀਕ ਹੈ।